ਟਾਕ ਟਾਈਮ ਦੇ ਵਿੱਚ ਮੈਂ ਮੰਜੂ ਵਾਲਿਆ ਤੁਹਾਡੀ ਹੋਸਟ ਤੇ ਤੁਹਾਡੀ ਦੋਸਤ ਤੁਹਾਡੇ ਆਪਣੇ ਸ਼ੋਅ ਔਰ ਆਪਣੇ ਚੈਨਲ ਜਸ ਪੰਜਾਬੀ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਕਹਿੰਦੇ ਨੇ ਇੱਕ ਤਾਜ਼ਗੀ, ਇੱਕ ਅਹਿਸਾਸ, ਇੱਕ ਖੂਬਸੂਰਤੀ ਤੇ ਇੱਕ ਆਸ ਤੇ ਇੱਕ ਆਸਥਾ ਤੇ ਇੱਕ ਵਿਸ਼ਵਾਸ ਦੇ ਨਾਲ ਅਸੀਂ ਸ਼ੁਰੂ ਕਰਦੇ ਹਾਂ ਅੱਜ ਦੇ ਦਿਨ ਦੀ ਸ਼ੁਰੂਆਤ। ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਇੱਕ ਦਿਨ ਦੇ ਵਿੱਚ ਕਾਫੀ ਤਿਉਹਾਰ ਆਏ ਜਿਨ੍ਹਾਂ ਨੇ ਲੋਕਾਂ ਨੇ ਆਪਣੇ ਆਪਣੇ ਹਿਸਾਬ ਨਾਲ ਆਪਣੇ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਮਨਾਇਆ। ਆਪਾਂ ਗੱਲ ਕਰਦੇ ਹਾਂ ਵਿਸਾਖੀ ਦੀ, ਮਹਾਰਾਸ਼ਟਰ ਚੱਲੀਏ ਤਾਂ ਆਪਾਂ ਗੱਲ ਕਰਦੇ ਹਾਂ ਗੁੜੀ ਪਰਵਾ ਦੀ, ਨਾਲ ਹੀ ਨਵਰਾਤਰੇ ਸ਼ੁਰੂ ਹੋ ਗਏ ਉਸੇ ਦਿਨ ਰਮਜ਼ਾਨ ਸ਼ੁਰੂ ਹੋ ਗਏ। ਇਹਨਾਂ ਸਾਰਿਆਂ ਨੂੰ ਮੱਦੇ ਰੱਖਦੇ ਹੋ ਨਜ਼ਰ ਰੱਖਦੇ ਹੋਏ ਅਸੀਂ ਅੱਜ ਤੁਹਾਡੇ ਵਾਸਤੇ ਇੱਕ ਰੰਗਾਰੰਗ ਪ੍ਰੋਗਰਾਮ ਲੈ ਕੇ ਆਏ ਹਾਂ ਔਰ ਇੱਕ ਉੱਭਰਦੇ ਹੋਏ ਕਲਾਕਾਰ ਨੂੰ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਜੋ ਕਿ ਅੱਜ ਸਾਡੇ ਨਾਲ ਪੰਜਾਬ ਤੋਂ ਜੁੜੇ ਹੋਏ ਨੇ। ਅਤੇ ਜ਼ਿਆਦਾ ਦੇਰ ਨਾ ਕਰਦੇ ਹੋਏ ਚਲੋ ਆਪਾਂ ਪਹਿਲਾਂ ਉਹਨਾਂ ਨਾਲ ਗੱਲਾਂ ਬਾਤਾਂ ਕਰੀਏ ਅਤੇ ਉਹਨਾਂ ਦਾ ਅਭਿਨੰਦਨ ਕਰੀਏ। ਜੈ ਪਾਲ ਸਹੋਤਾ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਜਸ ਪੰਜਾਬੀ ਟੀਵੀ ਦੇ ਉੱਤੇ ਬਹੁਤ ਬਹੁਤ ਅਸੀਂ ਅਭਿਨੰਦਨ ਕਰਦੇ ਹਾਂ ਕਿ ਤੁਸੀਂ ਆਪਣਾ ਸਮੇਂ ਸਾਨੂੰ ਦਿੱਤਾ। ਅਤੇ ਅਸੀਂ ਸਭ ਤੋਂ ਪਹਿਲਾਂ ਪੁੱਛਣਾ ਚਾਹਾਂਗੇ ਅਤੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਤੁਸੀਂ ਕਿੱਥੋਂ ਦੀ ਹੋਗੇ ਹੋ ਔਰ ਕਿਸ ਤਰ੍ਹਾਂ ਤੁਸੀਂ ਆਪਣਾ ਸੰਗੀਤ ਦੇ ਨਾਲ ਮਿਲਨ ਕੀਤਾ ਅਤੇ ਤੁਹਾਡੀ ਐਜੂਕੇਸ਼ਨ ਕਿੱਥੇ ਦੀ ਹੈਗੀ ਹੈ। ਸਭ ਤੋਂ ਪਹਿਲੇ ਤਾਂ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਜਿੰਨੇ ਵੀ ਅੱਜ ਦੇਖ ਰਹੇ ਹੈ, ਲਾਈਵ ਦੇਖ ਰਹੇ ਹੈ, ਸੋ ਮੇਰੇ ਵੱਲੋਂ ਸਭ ਤੋਂ ਪਹਿਲੇ ਉਹਨਾਂ ਨੂੰ ਸਾਰਿਆਂ ਬਹੁਤ ਬਹੁਤ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਤੇ ਉਸ ਤੋਂ ਪਹਿਲੇ ਮੈਂ ਆਪਣੇ ਜਸ ਪੰਜਾਬੀ ਟੀਵੀ ਚੈਨਲ ਜੋ ਹੈ ਉਹਦੇ ਮੈਂ ਧੰਨਵਾਦ ਕਰਦਾ ਤੇ ਮੰਜੂ ਵਾਰੀਆ ਜੀ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਜਿਹਨਾਂ ਨੇ ਮੈਨੂੰ ਮਾਣ ਬਖਸ਼ਿਆ ਤੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੈਨੂੰ ਮੌਕਾ ਦਿੱਤਾ। ਕਿਉਂਕਿ ਜ਼ਿੰਦਗੀ ਜਿਹੜੀ ਹੈ ਬੜੀ ਸੁਖਾਲੀ ਨਹੀਂ ਹੈ, ਬੜੀ ਬਿਜ਼ੀ ਲਾਈਫ ਹੈ। ਉਸ ਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਜਿਹੜਾ ਕਰੋਨਾ ਦਾ ਵਕਤ ਚੱਲ ਰਿਹਾ ਉਹਦੇ ਵਿੱਚ ਵੀ ਆਪਾਂ ਇੱਦਾਂ ਦੇ ਜਿਹੜੇ ਪ੍ਰੋਗਰਾਮ ਪੇਸ਼ ਕਰ ਰਹੇ, ਸੋ ਬੜੇ ਤਹਿ ਦਿਲੋਂ ਮਸ਼ਕੂਰ ਹਾਂ ਮੈਂ ਸਾਰਿਆਂ ਦਾ ਤੇ ਖਾਸ ਤੌਰ ਤੇ ਮੇਰੇ ਚੈਨਲ ਦਾ ਜਸ ਪੰਜਾਬੀ ਟੀਵੀ ਦਾ ਮੈਂ ਬੜਾ ਤਹਿ ਦਿਲੋਂ ਮਸ਼ਕੂਰ ਹੈ ਕਿ ਇਹਨਾਂ ਨੇ ਇੰਨਾ ਟਾਈਮ ਕੱਢ ਕੇ ਮੈਨੂੰ ਜਿਹੜਾ ਪ੍ਰੋਵਾਈਡ ਕੀਤਾ। ਸੋ ਅੱਜ ਜਿਹੜੇ ਦਰਸ਼ਕ ਮੈਨੂੰ ਦੇਖ ਰਹੇ ਮੈਂ ਉਹਨਾਂ ਦਾ ਵੀ ਬੜਾ ਧੰਨਵਾਦ ਕਰਦਾ ਜੀ। ਮੇਰੀ ਜ਼ਿੰਦਗੀ ਦੀ ਜਿਹੜੀ ਸ਼ੁਰੂਆਤ ਹੈ, ਬੇਸਿਕ ਤਾਂ ਜਿਹੜਾ ਕਲਾਕਾਰ ਹੁੰਦਾ ਉਹ ਬਾਏ ਬਰਥ ਹੀ ਹੁੰਦਾ ਜੀ, ਪਰਮਾਤਮਾ ਬਣਾ ਕੇ ਹੀ ਭੇਜ। ਸੋ ਮੇਰੀ ਵੀ ਜ਼ਿੰਦਗੀ ਬਚਪਨ ਤੋਂ ਹੀ ਸ਼ੁਰੂ ਹੋਈ ਹੈ। ਮੇਰੇ ਸਿਸਟਰ ਸੀਗੇ ਜਿਹਨਾਂ ਨੇ ਮੈਨੂੰ ਪ੍ਰਮੋਟ ਕਰਨ ਦੀ ਗੱਲ ਕੀਤੀ ਬਚਪਨ ਦੇ ਵਿੱਚ, ਜਿਹਨੇ ਮੈਨੂੰ ਪਹਿਚਾਣਿਆ ਕਿ ਤੇਰੀ ਆਵਾਜ਼ ਜਿਹੜੀ ਹੈ ਉਹ ਗਾਉਣ ਵਾਲੀ ਆਵਾਜ਼। ਸੋ ਮੈਂ ਬੜਾ ਧੰਨਵਾਦ ਕਰਦਾ ਆਪਣੀ ਸਿਸਟਰ ਦਾ ਵੀ ਜਿਹਨੇ ਮੈਨੂੰ ਪਹਿਚਾਣਿਆ। ਉਸ ਤੋਂ ਬਾਅਦ ਸਕੂਲ ਕੀਤਾ, ਪਹਿਲੀ, ਦੂਸਰੀ, ਤੀਸਰੀ, ਪੰਜਵੀਂ, ਅੱਠਵੀਂ, ਦਸਵੀਂ। ਸੋ ਜਦੋਂ ਮੈਂ ਕਾਲਜ ਦੇ ਵਿੱਚ ਗਿਆ, ਕਾਲਜ ਦੇ ਵਿੱਚ ਮੇਰੀ ਪ੍ਰਤਿਭਾ ਸੀ ਜਿਹੜੀ ਮੇਰੇ ਅੰਦਰ ਛੁਪੀ ਹੋਈ ਕਲਾ ਸੀ ਉਸਨੂੰ ਬਾਹਰ ਲੈ ਕੇ ਆਏ। ਮੇਰੇ ਜਿਹੜੇ ਪ੍ਰੋਫੈਸਰ ਸੀਗੇ, ਲੈਕਚਰਾਰ ਸੀ, ਉਹਨਾਂ ਨੇ ਮੈਨੂੰ ਜਦੋਂ ਪ੍ਰਮੋਟ ਕੀਤਾ ਕਾਲਜ ਦੇ ਵਿੱਚ, ਬੜਾ ਦੁਨੀਆ ਨੇ ਬਹੁਤ ਮਾਣ ਦਿੱਤਾ ਮੈਨੂੰ, ਕਾਲਜ ਦੇ ਸਟੂਡੈਂਟਸ ਨੇ ਮੈਨੂੰ ਬਹੁਤ ਮਾਣ ਦਿੱਤਾ। ਮੈਂ ਪੜ੍ਹਿਆ ਜੀ ਡੀਏਵੀ ਕਾਲਜ ਅੰਬਾਲਾ ਸ਼ਹਿਰ ਦੇ ਵਿੱਚ ਜੀ। ਤਾਂ ਬੜਾ ਅੱਛਾ ਲੱਗਦਾ ਸੀ ਕਿ ਜਦੋਂ ਮੈਂ ਸਟੇਜ ਤੇ ਜਾਣਾ, ਸਾਰਿਆਂ ਨੇ ਕਲੈਪ ਕਰਨਾ, ਤੁਸੀਂ ਇਹ ਗਾਓ ਉਹ ਗਾਓ, ਮੈਂ ਹਰ ਤਰ੍ਹਾਂ ਦਾ ਗਾਇਆ। ਬਸ ਇਹ ਦਾਤਾ ਦੀ ਬੜੀ ਰਹਿਮਤ ਰਹੀ ਹੈ। ਤੇ ਫਿਰ ਜਦੋਂ ਮੈਂ ਜ਼ਿੰਦਗੀ ਦੇ ਵਿੱਚ ਚੱਲਣਾ ਸ਼ੁਰੂ ਕੀਤਾ, ਹਰ ਤਰ੍ਹਾਂ ਦਾ ਗੀਤ ਗਾਇਆ, ਹਿੰਦੀ, ਪੰਜਾਬੀ, ਹਰਿਆਣਵੀ, ਹਰ ਤਰ੍ਹਾਂ ਦਾ ਗਾਇਆ। ਤਾਂ ਫਿਰ ਇਸ ਤੋਂ ਬਾਅਦ ਜਦੋਂ ਮੈਂ ਸੋਚਿਆ ਵੀ ਅੱਜ ਮੈਨੂੰ ਗੁਰੂ ਦੀ ਜ਼ਰੂਰਤ ਹੈ, ਸੋ ਮੇਰੇ ਦਾਤਾ ਜੀ ਨੇ, ਮੇਰੇ ਪ੍ਰਮਾਤਮਾ ਨੇ, ਅੱਲਾ ਵਾਹਿਗੁਰੂ, ਬਖਸ਼ਿਸ਼ ਕੀਤੀ ਜੀ। ਜਿਹੜੇ ਮੈਂ ਸੀ, ਜਿਹੜੇ ਅੱਜ ਵੀ ਪ੍ਰੋਫੈਸਰ ਨੇ ਚੰਡੀਗੜ੍ਹ ਦੇ ਵਿੱਚ GCG ਕਾਲਜ ਦੇ ਵਿੱਚ ਪੜ੍ਹਾਉਂਦੇ ਹੈ, ਨਾਮ ਮੁਰਲੀਧਰ ਸੋਨੀ ਜੀ, ਉਹਨਾਂ ਨੇ ਮੈਨੂੰ ਸਾਰੇ ਗਾਵਾਂ ਪਾ ਦੀ ਜਿਹੜੀ ਸੀੜੀ ਚੜ੍ਹਨਾ ਸੀ। ਸ਼ਾਹ ਬਿਨਾ ਪਤ ਨੀ ਗੁਰੂ ਬਿਨਾ ਗਤ ਨੀ, ਇਹ ਬਹੁਤ ਵੱਡੀ ਗੱਲ ਹੈ। ਜਿਹੜੀ ਕਹਾਣੀਆਂ, ਲੋਕੋਕਤੀਆਂ ਬਣੀਆਂ, ਮੁਹਾਵਰੇ ਬਣੇ, ਉਹਨਾਂ ਦਾ ਕੋਈ ਮਤਲਬ ਹੈਗਾ। ਸੋ ਮੈਂ ਚਾਹੁੰਦਾ ਮੇਰੀ ਜ਼ਿੰਦਗੀ ਜਿਹੜੀ ਮੇਰੀ ਗਾਇਕੀ ਹੈ, ਜੋ ਮੇਰਾ ਗਾਉਣਾ ਹੈ, ਉਹ ਮਕਸਦ ਤੋਂ ਬਿਨਾਂ ਨਾ ਹੋਵੇ, ਮੇਰੀ ਗੱਲ ਜੋ ਮੈਂ ਗੱਲ ਕਰਾਂ ਉਹਦਾ ਮਤਲਬ ਹੋਵੇ। ਤੇ ਜਿੱਦਾਂ ਦਾ ਤੁਹਾਡਾ ਹੁਕਮ ਹੈ ਆਪਾਂ ਉਸ ਤਰ੍ਹਾਂ ਤੁਹਾਨੂੰ ਪੇਸ਼ ਕਰਦੇ ਰਹਾਂਗੇ। ਮੈਂ ਮਾਤਾ ਜੀ ਦਾ, ਸਿੰਘ ਜੀ ਦਾ, ਸੂਫੀਆਨਾ, ਪੰਜਾਬੀ, ਇਨਸਾਨੀਅਤ, ਮਤ, ਹਰ ਮਤ, ਕਿਉਂਕਿ ਇਨਸਾਨ ਧਰਤੀ ਦੇ ਉੱਤੇ ਸਭ ਤੋਂ ਪਹਿਲੇ ਹੈ। ਸੋਤਾ ਜੀ, ਤੁਸੀਂ ਇਹ ਓਰਿਜਿਨਲੀ ਕਿੱਥੋਂ ਸਾਡੇ ਦਰਸ਼ਕਾਂ ਨੂੰ ਦੱਸੋ, ਤੁਸੀਂ ਇਸ ਟਾਈਮ ਸਾਡੇ ਨਾਲ ਕਿੱਥੋਂ ਜੁੜੇ ਹੋਏ ਹੋ? ਤੁਸੀਂ ਪੰਜਾਬ ਤੋਂ ਜੁੜੇ ਹੋਏ ਹੋ ਪਰ ਕਿੱਥੋਂ ਜੁੜੇ ਹੋਏ ਹੋ?
हाँ जी, तुसी कितों जुड़े हुए हो साडे नाल अज? हाँ डेरा जी, बसी शहर। अच्छा, डेरा बसी शहर तो। तो तुसी ओरिजिनली रहने वाले डेरा बसी दे हैगे हो? हाँ ਮੈਂ जी, ਪਿੰਡ ਫਤਿਹਗੜ੍ਹ ਤੇ ਸਭ ਤੋਂ ਵੱਡੀ ਗੱਲ ਸਾਡੀ ਜੁਆਇੰਟ ਫੈਮਿਲੀ ਹੈ। ਅੱਜ ਦੇ ਟਾਈਮ ਦੇ ਵਿੱਚ ਅਸੀਂ 28 ਮੈਂਬਰ ਇਕੱਠੇ ਰਹਿੰਦੇ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਕੂਲ, ਬਹੁਤ ਘੱਟ ਦੇਖਣ ਨੂੰ ਮਿਲਦਾ ਹੈਗਾ। ਸਕਦਾ ਹਾਂ ਜੀ, ਹਾਂ ਜੀ, ਤੇ ਤੁਸੀਂ ਤੁਸੀਂ ਹੁਣੇ ਦੱਸਿਆ ਕਿ ਤੁਹਾਨੂੰ ਕਿਹਨੇ ਪਛਾਣਿਆ, ਤੁਹਾਡੀ ਸਿਸਟਰ ਨੇ ਪਛਾਣਿਆ ਕਿ ਤੁਹਾਡੀ ਆਵਾਜ਼ ਦੇ ਵਿੱਚ ਗਾਇਕੀ ਕੀ ਹੈ ਮੇਰੀ ਤੁਹਾਡੀ? ਸਿਸਟਰ ਨੇ ਮੈਨੂੰ ਹਾਂ ਜੀ, ਤੇ ਜਦੋਂ ਮੈਨੂੰ ਕਿਹਾ ਵੀ ਤੇਰੀ ਆਵਾਜ਼ ਕੋ ਖਾਸ ਲੱਗਦੀ ਹੈ ਵੀ ਤੂੰ ਗਾ ਕੇ ਸੁਣਾ, ਫਿਰ ਮੈਂ ਗਾਇਆ ਤੇ ਮੈਂ ਬੜੇ ਗੀਤ ਸੁਣਾਏ ਤੇ ਫਿਰ ਉਹਨਾਂ ਨੇ ਜਦੋਂ ਮੈਨੂੰ ਕਿਹਾ ਵੀ ਤੂੰ ਗਾਇਆ ਕਰ, ਫਿਰ ਅਸੀਂ ਘਰ ਦੇ ਵਿੱਚ ਭਜਨ ਗਾਣੇ ਬਹਿ ਕੇ ਇੰਜੋਏ ਕਰਨਾ। ਉਸ ਟਾਈਮ ਦਾ ਇੰਜੋਏ ਹੁੰਦਾ ਸੀ, ਬਾਹਰ ਮੰਜੇ ਪਏ ਹੋਣੇ, ਬਾਣ ਦੇ ਮੰਜਿਆਂ ਦੇ ਉੱਤੇ ਪੈਣਾ ਤੇ ਜਾ ਕੇ ਗੱਲਾਂ ਕਰਨੀਆਂ ਆਪਸ, ਕਿਉਂਕਿ ਜੁਆਇੰਟ ਫੈਮਿਲੀ ਸੀ। ਤੇ ਫਿਰ ਉਹਨੇ ਮੈਨੂੰ ਕਹਿਣਾ ਵੀ ਹਾਂ ਤੂੰ ਸੁਣਾ ਸੁਣਾ, ਫਿਰ ਅੱਛਾ ਲੱਗਦਾ ਸੀ ਜਦੋਂ ਮੇਰੇ ਮੂੰਹ ਚੋਂ ਗਲੇ ਚੋਂ ਕੁਝ ਆਵਾਜ਼ ਨਿਕਲਦੀ ਸੀ ਥੋੜੀ, ਜਿੱਦਾਂ ਅੱਜ ਕੱਲ੍ਹ ਕਹਿੰਦੇ ਵੀ ਹਾਂ ਜੀ ਮੂਰਤੀਆਂ ਦੀ ਆਵਾਜ਼ ਹੈ, ਉਦਾਂ ਦੀ ਆਵਾਜ਼ ਨਿਕਲਦੀ ਸੀ, ਫਿਰ ਅੱਛਾ ਲੱਗਦਾ ਸੀਗਾ। ਤੇ ਫਿਰ ਮੈਂ ਆਪਣਾ ਬਣਾਇਆ ਕਿ ਮੇਰੀ ਜਿਹੜੀ ਸੋਚ ਹੈ, ਮੈਂ ਕਾਲਜ ਤੋਂ ਪੜ੍ਹਨ ਤੋਂ ਬਾਅਦ ਫਿਰ ਮੇਰੇ ਪਿੱਛੋਂ ਆਏ ਕਿ ਮੈਂ ਸਿੱਖਣਾ, ਫਿਰ ਮੈਂ ਸਿੱਖਿਆ ਜੀ, ਫਿਰ ਸਾਰਾ ਕੁਛ। ਦਾਦਾ ਦੀ ਬੜੀ ਰਹਿਮਤ ਹੈ ਕਿ ਮੈਂ ਹਰ ਤਰ੍ਹਾਂ ਦੇ ਗਾਉਂਦਾ। ਜੀ, ਤੇ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਅੱਜ ਅਸੀਂ ਜੁੜੇ ਹੋਏ ਹਾਂ ਬਸੀ, ਡੇਰਾ ਬਸੀ ਤੋਂ, ਪੰਜਾਬ ਤੋਂ, ਇੱਕ ਉਭਰਦੇ ਕਲਾਕਾਰ ਨਾਲ ਜਿਨ੍ਹਾਂ ਨੇ ਤੁਹਾਨੂੰ ਆਪਣੇ ਬਾਰੇ ਦੱਸਿਆ ਕਿ ਉਹ ਬਚਪਨ ਤੋਂ ਗਾ ਰਹੇ ਨੇ, ਔਰ ਉਹਨਾਂ ਦੀ ਸਿਸਟਰ ਨੇ ਉਹਨਾਂ ਨੂੰ ਪਹਿਚਾਣਾ ਕਿ ਇਹਨਾਂ ਦੇ ਅੰਦਰ ਗਾਇਕੀ ਹੈਗੀ ਹੈ, ਤੇ ਆਪਾਂ ਇਹਨਾਂ ਨੂੰ ਜਾਣ ਨਹੀਂ ਦੇਣਾ ਸੁਣੇ ਵਗੈਰਾ 'ਚ, ਤੇ ਸੁਣਦੇ ਹਾਂ ਇਹਨਾਂ ਨੂੰ, ਪਰ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ, ਔਰ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ, ਤੇ ਇਹਨਾਂ ਜਗਦੀਪ ਸੋਹਤਾ, ਜਗਪਾਲ ਸੋਹਤਾ ਜੀ ਨੂੰ ਸੁਣਨ ਤੋਂ ਪਹਿਲਾਂ ਜੈਪਾਲ ਜੀ ਨੂੰ ਆਪਾਂ ਤੁਹਾਡੇ ਲਈ ਅਤੇ ਇਹਨਾਂ ਲਈ ਕੁਝ ਕਹਿਣਾ ਚਾਹੁੰਦੇ ਹਾਂ। ਕਹਿੰਦੇ ਹਾਂ ਕਿ ਪਲਕ ਝੁਕਾ ਕੇ ਸਲਾਮ ਕਰਦੇ ਹਾਂ, ਪਲਕ ਝੁਕਾ ਕੇ ਸਲਾਮ ਕਰਦੇ ਹਾਂ, ਦਿਲ ਦੀ ਦੁਆ ਤੁਹਾਡੇ ਨਾਂ ਕਰਦੇ ਹਾਂ, ਦਿਲ ਦੀ ਦੁਆ ਤੁਹਾਡੇ ਨਾਂ ਕਰਦੇ ਹਾਂ, ਕਬੂਲ ਹੋਏ ਤਾਂ ਮੁਸਕਰਾ ਦੇਣਾ, ਅੱਜ ਦਾ ਦਿਨ ਅਸੀਂ ਤੁਹਾਡੇ ਨਾਂ ਕਰਦੇ ਹਾਂ, ਅੱਜ ਦਾ ਦਿਨ ਅਸੀਂ ਤੁਹਾਡੇ ਨਾਂ ਕਰਦੇ ਹਾਂ। ਅਤੇ ਅੱਜ ਦੇ ਦਿਨ ਤੋਂ ਸ਼ੁਰੂਆਤ ਕਰੀਏ ਤਾਂ ਜਪਾਲ ਜੀ, ਤਾਂ ਤੁਸੀਂ ਨਵਰਾਤਰੇ ਸ਼ੁਰੂ ਨੇ, ਅਤੇ ਕੋਈ ਵੀ ਇਹੋ ਜਿਹਾ ਭਜਨ ਜਾਂ ਡਿਵੋਸ਼ਨਲ ਸੌਂਗ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੈ, ਸਾਡੇ ਦਰਸ਼ਕਾਂ ਦੇ ਰੂਬਰੂ ਕਰੋ ਤੁਸੀਂ। ਮੇਰੀ ਕੋਸ਼ਿਸ਼ ਹੈ, ਮੈਂ ਤੁਹਾਨੂੰ ਕਈ ਤਰੀਕੇ ਦੀ ਚੀਜ਼ਾਂ ਸੁਣਾਊਂਗਾ, ਭਜਨ ਵੀ ਸੁਣਾਊਂਗਾ, ਤੇ ਮੈਂ ਜੀ ਥੋੜਾ ਸਾਹਿਬ ਤੋਂ ਸ਼ੁਰੂ ਕਰਕੇ ਜੀ ਲੱਗਦੀ ਗੱਲ ਉਹ ਚੀਜ਼ਾਂ ਸੁਣਾਊਂਗਾ ਜਿਹੜੀ ਤੁਹਾਡੇ ਜ਼ਹਿਨ ਤੱਕ ਪਹੁੰਚਣਗੀਆਂ, ਆਤਮਾ ਤੱਕ। ਜੀ ਬਹੁਤ ਖੂਬ, ਬਹੁਤ ਖੂਬ ਜੀ, ਬਹੁਤ ਖੂਬ, ਬਹੁਤ ਖੂਬ। ਤਨ ਮੇਰਾ ਚਸ਼ਮਾ ਹੋਵੇ, ਇਹ ਮੈਂ ਮੁਰਸ਼ਿਦ ਵੇਖ ਨਾ ਰੱਜਾ, ਯੋਲੂ ਦੇ ਮੁੱਟ ਲੱਖ ਲੱਖ ਚਸ਼ਮਾ, ਇਹ ਮੈਂ ਇੱਕ ਖੋਲਾ ਇੱਕ ਕੱਜਾ, ਇੰਨੀਆਂ ਡਿੱਠਿਆ ਮੈਨੂੰ ਸਬਰ ਨਾ ਆਵੇ, ਇਹ ਮੈਂ ਹੋਰ ਕਿਤੇ ਵੱਲ ਭੱਜਾ, ਮੁਰਸ਼ਦ ਦਾ ਦੀਦਾਰ ਬਾਹ, ਇਹ ਮੈਨੂੰ ਲੱਖ ਕਰੋੜਾਂ ਮੱਜਾ, ਮੁਰਸ਼ਦ ਦਾ ਦੀਦਾਰ ਬਾਹ, ਇਹ ਮੈਨੂੰ ਲੱਖ ਕਰੋੜਾਂ ਮੱਜਾ।
बहुत अच्छा गाते हो। तुसी सामने देख के गाओ, थोड़ी आवाज विच नू कट जाती हैगी है जदों तुसी सिर हटाने होता। बहुत अच्छी आवाज है थोड़ी ते। हाँ जी मेरे सतगुरु दे मैं तुहानू पेश कर रहा जी, लगता कि सब नू बहुत अच्छा लगेगा। हाँ जी हाँ जी सतगुरु आवन गे फेरा पावन गे कर मेरे जी मैं सद के जावा उस वेले बहुत खूब बहुत खूब बहुत। ते जदों जपाल जी जदों तुसी थोड़ी सिस्टर ने पता लग्या उन्होंने और उन्होंने थानू गान वास्ते क्या, ते तुसी अपना कोई गुरु तारिया जी तो तुसी अपनी पहली संगीत की शिक्षा हासिल की, ओदे बारे साडे दर्शकों नू कुछ दसना चाहोगे? मेरे गुरु जी जनाब मुरलीधर सोनी जी, जी उन्होंने मैनू मेरे ते आशीर्वाद दिता ते मैनू निखारिया। मैं बड़ा तहे दिलो शुक्रगुजार हाँ ते हमेशा उनके चरणों दे विच रहण दी कोशिश करदा कि या खुदा मेरे तो कोई गलती ना हो जाए कि उन्हां दे मन दे उत्ते कोई ठेस पहुंचे। जी सो दा होना बड़ा जरूरी है। हाँ जी। ते तुसी थानू याद है कि किड़ी उम्र सी थोड़ी जदों तुसी अपने गुरु जी दे कोल शिक्षा लैन वास्ते गए? मेरी उम्र सी 17 साल। 17 साल। जी ते 17 साल तो पहला तुसी आप घर ही रियाज करते रहे? बचपन तो ही गाउंदा सी, मतलब घर दे विच परिवार दे स्कूलां दे विच गाउंदे रहे। जी ते थोड़े कोई ऐहे जिहा गाना जिहड़ा थोड़े जहन दे बड़े करीब हैगा गुरु दी शिक्षा तो पहला साडे दर्शकां नूं नजर करना चाहोगे? जी मैं पेश कर रहा हूँ चीज हाँ जी स
ਸਾਹਮਣੇ ਆਵੋਗੇ, ਤੁਸੀਂ ਸਾਹਮਣੇ ਹੋ, ਹਾਂਜੀ ਥੈਂਕ ਯੂ ਆਸ਼ੀਰਵਾਦ ਮੈਨੂੰ ਮਿਲ ਰਿਹਾ ਹੈ। ਥੈਂਕ ਯੂ। ਸਾਹਮਣੇ ਆਵੋਗੇ, ਇਹ ਆਜ ਵੀ ਪਰਦਾ ਹੋਗਾ, ਸਾਹਮਣੇ ਆਵੋਗੇ। ਸਾਹਮਣੇ ਆਵੋਗੇ, ਆਜ ਵੀ ਪਰਦਾ ਬਹੁਤ ਚੰਗਾ। ਬਹੁਤ ਖੂਬ, ਬਹੁਤ ਖੂਬ। ਜੈਸੇ ਕਿ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਪਏ ਹੋ, ਆਪਾਂ ਜੁੜੇ ਹੋਏ ਹਾਂ ਅੱਜ ਪੰਜਾਬ ਦੇ ਨਾਲ, ਅਤੇ ਆਪਾਂ ਵਿਸਾਖੀ ਸੈਲੀਬ੍ਰੇਸ਼ਨ ਵੀ ਕਰ ਰਹੇ ਹੈਗੇ ਹਾਂ। ਅਤੇ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ, ਔਰ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਮਿਲਦੇ ਹੈਗੇ ਹਾਂ। ਅਤੇ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਮਿਲਦੇ ਹਾਂ, ਔਰ ਇਸੇ ਤਰ੍ਹਾਂ ਸੰਗੀਤ ਦਾ ਸਿਲਸਿਲਾ ਜਾਰੀ ਰਹੇਗਾ। ਬ੍ਰੇਕ ਤੋਂ ਬਾਅਦ ਫਿਰ ਅਸੀਂ ਤੁਹਾਡਾ ਸਵਾਗਤ ਕਰਦੇ ਹੈਗੇ ਹਾਂ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ, ਆਪਾਂ ਜੁੜੇ ਹੋਏ ਹਾਂ ਪੰਜਾਬ ਤੋਂ ਜੈਪਾਲ ਜੀ ਦੇ ਨਾਲ। ਅਤੇ ਜੈਪਾਲ ਜੀ, ਕੋਈ ਇਹੋ ਜਿਹਾ ਸੌਂਗ ਪੰਜਾਬੀ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੈਗਾ, ਸਾਡੇ ਦਰਸ਼ਕਾਂ ਨੂੰ ਸੁਣਾਉਣਾ ਚਾਹੋਗੇ? ਮੈਂ ਪੰਜਾਬੀ ਵੀ ਸੁਣਾਊਂਗਾ, ਤੇ ਮੇਰੀ ਇੱਛਾ ਹੈਗੀ ਹੈ ਕਿ ਮੈਂ ਮਾਤਾ ਦਾ, ਜਾਂ ਅੱਜ ਕੱਲ੍ਹ ਨਵਰਾਤਰੇ ਚੱਲ ਰਹੇ ਹੈ, ਹਾਂਜੀ, ਮੇਰੀ ਪਿੱਛੇ ਇੱਕ ਰਿਕਾਰਡਿੰਗ ਹੋਈ ਸੀ ਭੇਟਾਂ ਦੀ, ਮੈਂ ਉਹ ਪੇਸ਼ ਕਰਨੀ ਚਾਹੁੰਦਾ, ਜੇ ਜ਼ਰੂਰ ਤੁਹਾਡਾ ਹੁਕਮ ਹੋ। ਜ਼ਰੂਰ ਜ਼ਰੂਰ ਜ਼ਰੂਰ। ਉਦਾਤੀ ਦੇ ਦਰਬਾਰ ਲੱਗੀਆਂ ਰੌਣਕਾਂ,
ਕਾਟੀ ਦੇ ਦਰਬਾਰ ਲੰਗੀਆਂ ਰੌਣਕਾਂ ਕਾਟੀ ਦੇ ਦਰਬਾਰ ਲੰਗੀਆਂ ਰੌਣਕਾਂ ਸਭ ਨੂੰ ਮਿਲਦਾ ਪਿਆਰ ਸਭ ਨੂੰ ਮਿਲਦਾ ਪਿਆਰ ਅੱਜ ਲੱਗੀਆਂ ਰੌਣਕਾਂ ਕਾਟੀ ਦੇ ਦਰਬਾਰ ਲੰਗੀਆਂ ਰੌਣਕਾਂ ਮਈਆ ਦੇ ਦਰਬਾਰ ਤਾੜੀ ਉੱਤੇ ਤਾੜੀ ਵੱਜਦੀ ਸੰਗਤ ਕਿੰਨਾ ਸੋਹਣਾ ਸੱਜਦੀ ਸੰਗਤ ਕਿੰਨਾ ਸੋਹਣਾ ਸੱਜਦੀ ਸੰਗਤ ਕਿੰਨਾ ਸੋਹਣਾ ਸੱਜਦੀ ਤਾੜੀ ਉੱਤੇ ਤਾੜੀ ਵੱਜਦੀ ਸੰਗਤ ਕਿੰਨਾ ਸੋਹਣਾ ਸੱਜਦੀ ਸੰਗਤ ਕਿੰਨਾ ਸੋਹਣਾ ਸੱਜਦੀ ਓਰੀ ਦਾ ਬਹੁਤ ਕੁ ਬਹੁਤ ਕੁ ਤੁਸੀਂ ਜੈਪਾਲ ਜੀ ਪ੍ਰੋਫੈਸ਼ਨਲੀ ਵੀ ਗਾਉਂਦੇ ਹੋ ਹਾਂਜੀ ਮੈਂ ਪ੍ਰੋਫੈਸ਼ਨਲੀ ਗਾਉਂਦਾ ਜੀ ਅਤੇ ਤੁਹਾਡੇ ਕਿੰਨੇ ਕੁ ਸ਼ੋਅ ਹੋਇਆ ਹਾਲੇ ਤੱਕ ਤੁਸੀਂ ਕਿੰਨੇ ਕੁ ਸ਼ੋਅ ਕੀਤੇ ਹੈਗੇ ਆਮ ਸ਼ੋਰ ਕਿ ਅਨਲਿਮਿਟਿਡ ਕੀਤੇ ਹੋਣੇ ਹੈ
याद ही नहीं है जिवें तो किन्ना काफी अलॉट ऑफ ना पंजाब तक पूरा कवर किया। जी। ते तुसी अपनी कोई थोड़ी अपनी भी रिकॉर्डिंग है, जिवें तुसी कोई अपना गाना गाया होवे, जिहड़ी भेटा मेरी है जिहड़ी तुसीं सुनिया भेटा है मेरी गाई है जी मेरी एल्बम दे थोड़ी। विच। अच्छा जी। सो पीछे मेरा एक गीत मेरा काफी मकबूल हुआ सूफियाना सूफी सॉन्ग दा बुल्ला। हाँ जी दुनिया दे विच पीछे बड़ी दौड़ सी जी बाबा बनन दी। हर कोई हाँ बाबा जी बनना चाहुंदा बाबा बनना सौखा नहीं, हर कोई बुल्ला बनना चाहुंदा बुल्ला बनना सौखा नहीं। जी सो ये मेरा गीत थापड़ जलंधरी जी का लिखिया ते जनाब दविंदर राही जी दा इहदे च म्यूजिक है। हाँ जी सो उहदा जिहड़ा मैं एक फिल्माया भी बहुत सोहणा ते पूरे वर्ल्ड दे विच बड़ी दुनिया जुड़ी मेरे नाल सी अमेरिका कनेडा ऑस्ट्रेलिया न्यूजीलैंड बहुत दुनिया जुड़ी। सो मैं बड़ा मशहूर है सारा दा जी पूरे वर्ल्ड दे विच इन्ना मान सम्मान मिले मैं सोच नहीं सकता जी बुल्ला, क्योंकि जी तुसी बनना बहुत वड्डी गल है ते बहुत औखा है किड्डी मेहनत करनी पैंदी है। बाबा जी बुल्ले शाह ने अपने आप नूं कंजरी दा रूप धारण करके पूरा मेकअप शेकअप करा के जदों मुर्शद दे चरणां दे विच गया कि भई हुण तां जदों ने पहचान शाह दे हाँ सी जी ते फिर ओह कहिंदे तुसीं कौण हो ते ओह कहिंदे मैं बुल्ला। भई तुसीं बुल्ला हो? कहिंदे नहीं जी मैं तां भुल्ला मेरे तों भुल हो गई है मैं बुल्ला नहीं है। तां किड्डा इहनां दा मान सम्मान किड्डा बुल्ला एक दे अगे नचिया सी ओदे अगे कई हजार नचे। हाँ बुल्ला अपने मुर्शिद दे अगे नचिया सी अगे अज दुनिया नच रही सी भी उहनां दे विचों इक है नचण वाले दे विचों। जी इदां दी चीजां मैं काफी गाईयां बाबा बुल्ले शाह दे उत्ते ते मेरी एक सोच हैगी है क्योंकि इंसान धरती दे उत्ते आया धर्म तां बाद दी गल है सब तो पहले आपां इंसान है और इंसान दा होका जिन्ने भी साढ़े पीर पैगंबर गुरु औलिया ये वो दिन दुनिया हुई है। सो रब की छत्र छाया हुई है पहले पातशाह गुरु नानक देव जी उन्होंने भी इको गल की कि एको एक ओंकार जी सतनाम करता पुरख निरभउ निर्वैर अकाल जी मूरत अजूनी सतगुरु। ये बहुत वड्डी गल है एक दी गल की एक दा बन जा एक दा हो जा एक नु गल नाल ला लै एक दा अर्थ ये है कि ओदी गल करी आपां अल्लाह परमात्मा वाहिगुरु दी। जी तो मेरी सोच इको ही कि जो मैं भी गावा तो मेरी दुनिया इस करके फैन होवे कि उन्होंने पता हो जो मैं गाना वधिया होए साफ जी सुथरा हो। जी ਤੇ ਤੁਸੀਂ ਜਿਹੜੇ ਗਾਣੇ ਦੀ ਹੁਣੇ ਗੱਲ ਕੀਤੀ ਹੈ ਸਾਡੇ ਨਾਲ, ਉਹਦੀਆਂ ਚੰਦ ਲਾਈਨਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਸੁਣਾਉਣਾ ਚਾਹੋਗੇ? ਇਹ ਗਾਣਾ ਮੇਰਾ YouTube ਦੇ ਉੱਤੇ ਹੈ ਜੀ ਬੁੱਲਾ ਬੁੱਲਾ ਤੁਸੀਂ ਲਿਖੋਗੇ ਸਭ ਤੋਂ ਪਹਿਲੇ ਆਏਗਾ। ਸੋ ਬੜਾ ਮਾਣ ਸਨਮਾਨ ਮਿਲਿਆ ਔਰ ਮੈਂ ਇਸ ਨੂੰ ਪੇਸ਼ ਕਰ ਰਿਹਾ ਜੀ। ਕਾਸਾ ਫੜ ਕੇ ਗਈਆਂ ਦੇ ਵਿੱਚ ਖੜਨਾ ਸੌਖਾ ਨਹੀਂ ਬਹੁਤ ਔਖਾ ਹੈ ਕਿਸੇ ਦੇ ਅੱਗੇ ਜਾ ਕੇ ਹੱਥ ਕਰਨਾ ਵੀ ਭਰਾ ਹਾਲਾਤ ਨਿਰੰਜਨ ਕੁਛ ਦੇ ਦੇ ਭਿਕਸ਼ਾ ਦੇ ਦਿਓ ਬੜਾ ਔਖਾ ਹੱਥ ਕਰਨਾ ਮਰਿਆ ਤੇ ਮੰਗਣ ਗਿਆ ਅੱਗੇ ਉਹ ਮਰ ਗਿਆ ਜਿਹਨੇ ਜਵਾਬ ਦਿਆ। ਜੀ ਹੱਥ ਵਿੱਚ ਕਾਸਾ ਫੜ ਕੇ ਗਲੀਆਂ ਦੇ ਵਿੱਚ ਖੜਨਾ ਸੌਖਾ ਨਹੀਂ ਜਿਉਂ ਦੇ ਜੀ ਯਾਰ ਦੀ ਖਾਤਿਰ ਮਰਨਾ ਸੌਖਾ ਨਹੀਂ ਉਹ ਜੱਗ ਨਾਲ ਲੜਕੇ ਯਾਰ ਦਾ ਬੱਲਾ ਫੜਨਾ ਸੌਖਾ ਨਹੀਂ ਹਰ ਕੋਈ ਬੁੱਲਾ ਬਣਨਾ ਚਾਹੁੰਦਾ ਬੁੱਲਾ ਬਣਨਾ ਸੌਖਾ ਨਹੀਂ ਹਰ ਕੋਈ ਬਾਬਾ ਬਣਨਾ ਚਾਹੁੰਦਾ ਬਾਬਾ ਬਣਨਾ ਸੌਖਾ ਨਹੀਂ। ਹਾਂਜੀ
बहुत खूब बहुत खूब बहुत सोना गाना तुसी गाया और ये वर्डा दे विच ते शब्दा दे विच मतलब भी गूंजता है। तो जिस तरह की तुसी देख रहे हो आपां जुड़े हुए हैं अज पंजाब दे नाल, पंजाब दे विच जयपाल जी दे नाल, ते लैंदे आ एक छोटा जिहा ब्रेक और ब्रेक तो बाद फिर मिलते हैं तुहानूं। ब्रेक तो बाद फिर असी थोड़ा स्वागत करते हैं। जिदा कि आप देख रहे हैं, तुसी भी देख रहे हो, आप जुड़े हुए हैं सोता जी नाल पंजाब तो, ते गल करते हैं इन्हों की गायकी की जो कि इन्हों विरासत नहीं मिली पर रब की देन हैगी है, जिन्हों यह अपने मोढ़े ते एक रोशनी का दिया जला के अपने नाल लैके जा रहे हैं। रब अगे अरदास करते हैं कि इस तरह इन्हां दी गायकी नूं इन्ना ही हुंगारा मिले जिन्ना कि इन्हां दे बुल्ला गाना जिहड़ा इन्हां ने हुणे तुहाडे नाल शेयर कीता, गा के सुनाया, उसी तरह इन्हां दी गायकी नूं भी बहुत हुंगारा मिले। सोता जी, इस तों अलावा कोई ऐसा गाना जिहड़ा कि तुहाडे दिल दे बहुत करीब हैगा, ते वैसे तो सिंगर लई माँ लई सारे ही बच्चे बहुत प्यारे होंदे हन, हाँ जी, पर फिर भी कदे कदे कोई छोटा बच्चा बड़ा दिल दे करीब होंदा हैगा, तो इस तरह का कोई गाना अगर तुसी साडे दर्शकां नू नज़र करना चाहते हो। बहुत बहुत धन्यवाद जी वाले जी। मेरी बड़ी एक सोच हैगी है कि मैं जो चीज़ मैं पेश करा वो उदा वो मतलब होवे और उदे दिल दे विच जाके लगे, ताकि उदे नाल मेंटली तौर ते उदी टेंशन फ्री होवे या किसी तरह उन्होंने सुकून मिले, अंदरूनी आत्मिक सुकून मिले। मेरी ये चीज सोच हमेशा ही रही कि मैं इदा पेश करा। सो एक गीत मेरा रिसेंटली जो मेरा गीत थोड़े दिनों बाद लॉन्च हो जाना जी, वो हैगा जी तेरा इश्क नचाउंदा है, नची जावा दर तेरे ते दिल इहो चाहुंदा है, मेरा नचना एवें नहीं साईं तेरा इश्क नचाउंदा। कंपनी कर रही जैसको रिकॉर्ड्स, ते बड़ा अच्छा लगेगा कि आप सारे उस इंजॉय करांगे जी। पेश कर रहे जरूर इरशाद जी। ओ नची दा डर तेरे ते दिल एयो चौदा है, ओ नची दा डर तेरे ते दिल एयो चौदा है, मेरा नचना है दे सायन तेरा इश्क नचौदा है। ओ नची जावा डर तेरे ते, नची जावा डर तेरे ते दिल नहीं चौदा है, मेरे किनारे में तेरे साया मेरा इश्क नचौदा है, इश्क नचौदा है सच्ची तेरा इश्क नचौदा है।
ਸਾਇਆ ਮੈਂ ਤੇਰਾ ਇਸ਼ਕ ਕਰਨਾ ਚਾਹੁੰਦਾ ਸੱਚੀ ਮੈਂ ਤੇਰਾ ਇਸ਼ਕ ਕਰਨਾ ਚਾਹੁੰਦਾ ਪੈਰਾਂ ਦੇ ਵਿੱਚ ਘੁੰਗਰੂ ਤੇ ਸਲਵਾਰਾਂ ਪਾਈਏ ਪੈਰਾਂ ਦੇ ਵਿੱਚ ਘੁੰਗਰੂ ਤੇ ਸਲਵਾਰਾਂ ਪਾਈਏ ਉਹ ਜੱਗ ਕੋਲ ਵੇ ਸਾਡੀਆਂ ਗੱਲਾਂ ਕਰਵਾਉਂਦੇ ਉਹ ਜੱਗ ਕੋਲ ਵੇ ਸਾਡੀਆਂ ਗੱਲਾਂ ਕਰਵਾਉਂਦੇ ਕਮਲੀ ਤੇਰੀ ਬਣ ਗਈਆਂ ਕਮਲੀ ਤੇਰੀ ਬਣ ਕੇ ਦਿਲ ਪਾਗਲ ਕਵਾਉਂਦਾ ਹੈ ਮੇਰਾ ਨੱਚਣਾ ਮੇਰੇ ਸਾਇਆ ਮੇਰਾ ਇਸ਼ਕ ਨੇ ਚਾਹੁੰਦਾ ਹੈ ਇਸ਼ਕ ਨੇ ਚਾਹੁੰਦਾ ਹੈ ਸਾਇਆ ਮੇਰਾ ਇਸ਼ਕ ਨੇ ਚਾਹੁੰਦਾ ਹੈ ਬਹੁਤ ਖੂਬ ਬਹੁਤ ਖੂਬ ਕਹਿੰਦੇ ਜ਼ਿਆਦਾ ਖੁਆਇਸ਼ਾਂ ਨਹੀਂ ਹੁੰਦੀਆਂ ਇਹ ਜ਼ਿੰਦਗੀ ਤੇਰ ਤੋਂ ਪਰ ਇੰਨਾ ਕੁ ਰਹਿਮ ਕਰੀ ਕਿ ਅਗਲਾ ਕਦਮ ਜਿਹੜਾ ਮੇਰਾ ਹੈ ਉਹ ਪਹਿਲੇ ਵਾਲੇ ਤੋਂ ਬਿਹਤਰੀਨ ਹੋਵੇ ਅਤੇ ਸਹੀ ਗੱਲ ਹੈ ਇਹ ਬਜ਼ੁਰਗਾਂ ਨੇ ਜੋ ਵੀ ਜਿਸਨੇ ਵੀ ਇਹ ਲਿਖਿਆ ਹੈ ਅਤੇ ਦਿਨ ਬ ਦਿਨ ਇਸ ਤਰ੍ਹਾਂ ਹੀ ਤਰੱਕੀ ਕਰੋ ਤੁਸੀਂ ਅਤੇ ਹੋਰ ਕੋਈ ਚੀਜ਼ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਜਿੱਦਾਂ ਕਿ ਤੁਸੀਂ ਹੁਣੇ ਸਾਨੂੰ ਕਿਹਾ ਕਿ ਵੀ ਮੈਂ ਉਹ ਗਾਣੇ ਗਾਉਂਦਾ ਹਾਂ ਜਿਹਦਾ ਕੋਈ ਮਤਲਬ ਹੋਵੇ ਅਤੇ ਇਹਦੇ ਬਾਰੇ ਤੁਸੀਂ ਕੁਛ ਹੋਰ ਕਹਿਣਾ ਚਾਹੋਗੇ ਹਾਂਜੀ ਮੈਂ ਪੇਸ਼ ਕਰ ਰਿਹਾ ਜੀ ਬੜੀ ਚੀਜ਼ਾਂ ਇਸ ਤਰ੍ਹਾਂ ਦੀ ਹੈਗੀ ਜਿਹੜੀ ਵਰਲਡ ਦੇ ਵਿੱਚ ਕਿਸੇ ਵੀ ਕੰਟਰੀ ਤੋਂ ਕਿਸੇ ਸਿੰਗਰ ਨੇ ਵੀ ਗਾਏ ਹੋਣ ਲੇਕਿਨ ਜਹਿਨ ਦੇ ਵਿੱਚ ਲੱਗਣ ਵਾਲੀ ਚੀਜ਼ਾਂ ਉਹ ਮੈਂ ਪੇਸ਼ ਕਰੂੰਗਾ ਬੜਾ ਅੱਛਾ ਲੱਗੇਗਾ ਤੁਹਾਨੂੰ ਜੀ ਉਹ ਖਾਲੀ ਆਇਆ ਉਹ ਖਾਲੀ ਜਾਣਾ ਤੇ ਨਾਲ ਜਾਣਾ ਤੇਰਾ ਸਭ ਲਈ ਇੱਕੋ ਜਿਹਾ ਸਭ ਲਈ ਇੱਕੋ ਜਿਹਾ ਇਹ ਦੁਨੀਆ ਦਾ ਮੇਰਾ ਸਭ ਲਈ ਇੱਕੋ ਜਿਹਾ ਇਹ ਦੁਨੀਆ ਦਾ ਮੇਰਾ ਸਭ ਲਈ ਇੱਕੋ ਜਿਹਾ ਇਹ ਦੁਨੀਆ ਦਾ ਮੇਰਾ ਉਹ ਖਾਲੀ ਆਇਆ ਉਹ ਖਾਲੀ ਜਾਣਾ ਉਹ ਨਾਲ ਜਾਣਾ ਤੇਰਾ ਸਭ ਲਈ ਇੱਕੋ ਜਿਹਾ ਜਵਾਨ ਹੁੰਦਾ ਨਾ ਕੋਈ ਹੋਸ਼ ਨਹੀਂ ਹੁੰਦੀ ਉਹ ਜਵਾਨੀ ਦੀ ਗੱਲਾਂ ਕਰਦਾ ਹੈ ਵਕਤ ਨਿਕਲ ਆਉਂਦਾ ਫਿਰ ਉਸ ਤੋਂ ਬਾਅਦ ਉਹਨੂੰ ਆਪਣੀ ਯਾਦ ਆਉਂਦੀ ਨੇ ਜਿਹੜਾ ਇਨਸਾਨ ਆਇਆ ਤੇ ਇੱਥੇ ਜਾਣਾ ਵੀ ਹੈਗਾ ਉਹ ਜੋ ਮਨਵਾਣਾ ਨਸ਼ਾ ਆਇਆ ਦਾਦਾ ਇਸ਼ਕ ਦੀ ਰੋਸ਼ਨ ਬੱਲੀ ਇਸ਼ਕ ਦੀ ਰੋਸ਼ਨ ਬੱਲੀ ਸੱਜਣਾ ਇਸ਼ਕ ਦੀ ਰੋਸ਼ਨ ਬੱਲੀ ਖੁਸ਼ੀਆਂ ਦੇ ਵਿੱਚ ਗੁੱਜਰੀ ਉਹ ਘੜੀ ਸਮੇਂ ਉਹ ਘੜੀ
बहुत खूब जी, बहुत खूब। यूं नहीं किसी ने किया कि जिंदा है सजना, कपड़े बदल बदल के ते एक जन लै जाना सजना, लोकां ने मोढ़े बदल बदल के। हाँ जी, हाँ जी। ते सोता जी, थोड़ी जिंदगी दे विच थोड़े रोल मॉडल कौन ने? साडे दर्शकां नूं दसना चाहोगे? हर एक इंसान की जिंदगी में उन्हें कोई ना कोई रोल मॉडल होता है जिन्हों देख के वह अगे बढ़ता है, तो तुसी शेयर करना चाहोगे? मेरी जिंदगी दे विच जो मैं सोचा कि मैं भी कुछ करना लाइफ दे विच, सो अच्छे इंसान ही मैनु मिले है और मैं बड़ा देनदार हूं खुदा का कि मैनु दुनिया मिली जिहड़ी अच्छी ही मिली। पता नहीं की है, जिदा चुंबक जिहड़ा है ना मैगनेट, वह लोहे नूं ही खिंचदा, ਮੈਨੂੰ ਉਹ ਆਤਮਾ ਮੈਨੂੰ ਆਪਣੇ ਆਪ ਹੀ ਖਿੱਚਦੀ, ਮੈਨੂੰ ਅੱਛੀ ਦੁਨੀਆ ਹੀ ਮਿਲ ਜੀ। ਔਰ ਮੈਂ ਚਾਹੁੰਦਾ ਵੀ ਦੁਨੀਆ ਮੇਰੇ ਵਰਗੀ ਹੋਵੇ ਜੀ, ਦੁਨੀਆ ਮੇਰੇ ਵਰਗੀ ਹੋਵੇ। ਜੋ ਇਨਸਾਨ ਆਪਣੇ ਆਪ ਨੂੰ ਪਿਆਰ ਕਰਦਾ ਤਾਂ ਉਹ ਦੁਨੀਆ ਨੂੰ ਪਿਆਰ ਕਰਦਾ ਹੋਏ, ਜੋ ਇਨਸਾਨ ਆਪਣੇ ਆਪ ਨੂੰ ਪਿਆਰ ਨਹੀਂ ਕਰਦਾ ਉਹ ਦੁਨੀਆ ਨੂੰ ਪਿਆਰ ਨਹੀਂ ਕਰ ਸਕਦਾ ਜੀ। ਕਹਿੰਦੇ ਨੇ ਬਹੁਤ ਕਿਸਮਤ ਦੇ ਨਾਲ। ਕਲਾਕਾਰਾਂ ਦੀ ਗੱਲ ਕਰੀਏ ਵੀ ਤੁਸੀਂ ਕਿਹਨੂੰ ਲਾਇਕ ਕਰਦੇ ਹੋ, ਮੇਰੇ ਵਾਸਤੇ ਸਾਰੇ ਮੇਰੇ ਆਦਰ ਯੋਗ ਨੇ। ਮੈਂ ਰਫੀ ਸਾਹਿਬ ਨੂੰ ਵੀ ਸੁਣਿਆ, ਕਿਸ਼ੋਰ ਜੀ ਨੂੰ ਵੀ ਸੁਣਿਆ, ਮਤਲਬ ਕਿਸੇ ਦਾ ਮੈਂ ਕੀ ਨਾਂ ਲਵਾਂ, ਮੈਂ ਸਾਰਿਆਂ ਨੂੰ ਮੈਂ ਉਸਤਾਦ ਮੰਨਦਾ ਵੀ ਮੇਰੇ ਤੇ ਬੜੀ ਛਤਰ ਛਾਇਆ ਜੀ ਜੀ ਜੀ। ਕਹਿੰਦੇ ਨੇ ਕਿ ਦੋਸਤ, ਕਹਿੰਦੇ ਬੜੀ ਕਿਸਮਤ ਦੇ ਨਾਲ ਚੰਗੇ ਦੋਸਤ ਮਿਲਦੇ ਨੇ ਤੁਹਾਡਾ। ਤੁਸੀਂ ਆਪਣੇ ਸਫ਼ਰ ਦੇ ਬਾਰੇ ਜਾਂਦੇ ਜਾਂਦੇ, ਜੋ ਕਿ ਤੁਹਾਡਾ ਸਫ਼ਰ ਇੱਕ ਫੈਮਲੀ ਦੇ ਵਿੱਚੋਂ ਜਿਹਦੇ ਵਿੱਚ ਕੋਈ ਵੀ ਗਾਇਕ ਨਹੀਂ ਸੀਗਾ, ਅਤੇ ਉਹਦੇ ਨਾਲ ਸ਼ੁਰੂ ਹੋਇਆ ਔਰ ਤੁਸੀਂ ਅੱਗੇ ਆਏ, ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਛ ਕਹਿਣਾ ਚਾਹੁੰਦੇ ਹੋ? ਮੈਂ ਜਾਂਦੇ ਜਾਂਦੇ ਇੱਕ ਗੱਲ ਕਹੂੰਗਾ ਕਿ ਤੁਸੀਂ ਸਾਰੇ ਇੱਕ ਦੂਸਰੇ ਨੂੰ ਪਿਆਰ ਕਰੋ, ਪਿਆਰ ਤੋਂ ਬਾਅਦ ਔਰ ਕੁਛ ਵੀ ਨਹੀਂ ਹੈਗਾ ਧਰਤੀ ਦੇ ਉੱਤੇ, ਜੋ ਆਇਆ ਉਹਨੇ ਜਾਣਾ ਹੈ, ਅਤੇ ਪਿਆਰ ਇੱਕ ਪਿਆਰ ਸੱਚਾਈ ਦੇ ਨਾਲ ਵੰਡੀਏ, ਦਿਖਾਵਾ ਨਾ ਹੋਵੇ ਜੀ, ਉਹਦਾ ਵੀ ਦਿਖਾਵਾ ਨਾ ਹੋਵੇ। ਜ਼ਿੰਦਗੀ ਜੀਣਾ ਚਾਹੀਦਾ, ਜ਼ਿੰਦਗੀ ਕੱਟਣੀ ਨਹੀਂ ਚਾਹੀਦੀ ਜੀ। ਸੋ ਮੇਰੇ ਬੜੇ ਅੱਛੇ ਮਿੱਤਰ ਨੇ ਪੂਰੇ ਵਰਲਡ ਦੇ ਵਿੱਚ, ਦੁਨੀਆਂ ਜੁੜੀ ਹੈ, ਤੇ ਉਹ ਫਿਰ ਜਦੋਂ ਮੈਨੂੰ ਗੱਲ ਕਰਦੇ ਵੀ ਹਾਂਜੀ ਕੋਈ ਇਸ ਤਰ੍ਹਾਂ ਦਾ ਗੀਤ, ਫਿਰ ਮੈਂ ਉਹ ਇੱਕ ਗਾਇਆ ਕਰਦਾ, ਮੈਂ ਬੜਾ ਪਾਕਿਸਤਾਨ ਦੇ ਵਿੱਚ ਬਹੁਤ ਚੱਲਿਆ, ਤੇ ਮੈਂ ਜਾਂਦੇ ਹੋਏ ਉਹ ਗੀਤ ਦੀ ਮੈਂ ਦੋ ਲਾਈਨਾਂ ਤਾਂ ਜ਼ਰੂਰ ਸੁਣਾਉਂ। ਜ਼ਰੂਰ ਜਲਦੀ, ਹਾਂਜੀ। ਸੋ ਬਹੁਤ ਬਹੁਤ ਧੰਨਵਾਦ ਜੀ, ਮੈਂ ਪੰਜਾਬੀ
ਟੀਵੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ, ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਸਨਮਾਨ ਬਖਸ਼ਿਆ ਤੇ ਸਾਰੇ ਦਰਸ਼ਕਾਂ ਦੇ ਮੈਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ। ਤੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰੂੰਗਾ ਕਿ ਤੁਹਾਡਾ ਆਸ਼ੀਰਵਾਦ ਮੇਰੇ ਉੱਤੇ ਇਹੀ ਬਣਿਆ ਰਹੇ। ਸੋ ਬਹੁਤ ਬਹੁਤ ਧੰਨਵਾਦ ਮੰਜੂ ਵਾਲੇ ਜੀ, ਮੈਂ ਤਹਿ ਦਿਲ ਮਸ਼ਕੂਰ ਹਾਂ। ਇਸ ਦੇ ਨਾਲ ਹੀ ਅੱਜ ਅਸੀਂ ਅੱਜ ਤਾਂ ਅਸੀਂ ਸਮੇਂ ਦੇ ਪਾਬੰਦ ਹਾਂ, ਤੁਹਾਡੇ ਤੋਂ ਦੂਰ ਜਾਣ ਦਾ ਦਿਲ ਤਾਂ ਨਹੀਂ ਕਰਦਾ ਪਿਆ, ਪਰ ਸਮੇਂ ਦੇ ਅਸੀਂ ਪਾਬੰਦ ਹਾਂ। ਇਸ ਦੇ ਨਾਲ ਹੀ ਅਗਲੇ ਹਫ਼ਤੇ ਤੁਹਾਡੇ ਆਪਣੇ ਸ਼ੋਅ ਟਾਕ ਟਾਈਮ ਦੇ ਵਿੱਚ ਫਿਰ ਮਿਲਾਂਗੇ। ਯਾਦ ਰੱਖਣਾ ਹਰ ਥਰਸਡੇ ਅਤੇ ਸ਼ੁੱਕਰਵਾਰ ਨੂੰ ਤੁਹਾਡੇ ਆਪਣੇ 1:30 ਵਜੇ ਪੈਸੀਫਿਕ ਈਸਟਰਨ ਟਾਈਮ ਅਤੇ 10:30 ਵਜੇ ਪੈਸੀਫਿਕ ਟਾਈਮ ਦੇ ਉੱਤੇ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ। ਇਸ ਦੇ ਨਾਲ ਹੀ ਤੁਹਾਡੇ ਤੋਂ ਵਿਦਾ ਲੈਂਦੇ ਹਾਂ। ਕਰੋਨਾ ਤੋਂ ਬਚਿਓ ਅਤੇ ਬਜ਼ੁਰਗਾਂ ਦਾ ਧਿਆਨ ਰੱਖਿਓ। ਰੱਬ ਰਾਖਾ।